ਬੀਤੇ ਦਿਨੀ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਵਿਖੇ ਘਰ ਨਾਲ ਅਭਿਜੀਤ ਸਿੰਘ ਬਾਠ ਦਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਉਹਨਾਂ ਦੀ ਕੱਲ੍ਹ ਡੈਡ ਬਾਡੀ ਮਿਲਣ 'ਤੇ ਇਲਾਕਾ ਨਿਵਾਸੀਆਂ ਵਿੱਚ ਕਾਫ਼ੀ ਸ਼ੋਕ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ, ਜਿਸ ਦੇ ਚੱਲਦਿਆਂ ਅੱਜ ਉਹਨਾਂ ਦੇ ਘਰ ਵਿੱਚ ਰਹਿੰਦੇ ਕਿਰਾਏਦਾਰ ਅਤੇ ਗੁਆਂਢੀ ਕਰਨਲ ਗੁਰਚਰਨ ਸਿੰਘ ਨੇ ਦੱਸਿਆ ਕਿ ਕਰਨਲ ਅਭਿਜੀਤ ਸਿੰਘ ਬਾਠ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਸਨ। ਉਹਨਾਂ ਦੇ ਮੌਤ ਦੇ ਸਮਾਚਾਰ ਦੇ ਨਾਲ ਸਾਰੇ ਹੀ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਉਹਨਾਂ ਦਾ ਪਾਰਥਿਵ ਸਰੀਰ ਅੰਮ੍ਰਿਤਸਰ ਲਿਆਂਦਾ ਜਾਵੇਗਾ, ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕਰਨਲ ਅਭਿਜੀਤ ਦਾ 14 ਸਾਲਾ ਬੇਟਾ ਵੀ ਹੈ ਜੋ ਕਿ 8ਵੀਂ ਜਮਾਤ ਦੇ ਵਿੱਚ ਪੜ੍ਹਦਾ ਹੈ। ਆਪਣਾ ਨਾਮ ਦੱਸ ਕੇ ਜੀ। ਮੇਰਾ ਨਾਮ ਭਜਨ ਸਿੰਘ। ਕਿਹੜੇ ਇਲਾਕਾ ਜੀ? ਇੱਥੇ ਦਰਸ਼ਨਾ ਕਰ। ਆ ਜਿਹੜਾ ਹਾਦਸਾ ਹੋਇਆ ਵਾ ਕਰਨਲ ਥਾਮਾ ਜਿਹੜਾ ਜਾਇਆ ਮੇਰੇ ਗਵਾਂਢੀ ਦੁਰਘਟਨਾਗ੍ਰਸਤ ਹੋਇਆ ਸੀ ਕਹਿਣਾ ਚਾਹੁੰਦੇ। ਉਹ ਬੜਾ ਅੱਛਾ ਮੁੰਡਾ ਜੀ, ਮੈਂ 15-20 ਦਿਨ ਹੋਏ ਮੈਨੂੰ ਇੱਥੇ ਮਿਲ ਕੇ ਗਿਆ। ਕੀ ਕਾਰਨ ਕੀ ਹੈ ਜੀ ਹਾਦਸੇ ਦਾ, ਜਿਹੜਾ ਹਾਦਸਾ? ਉਹ ਤਾਂ ਹੁਣ ਸਾਨੂੰ ਨਹੀਂ ਪਤਾ ਕੀ ਕਾਰਨ। ਕਦੋਂ ਆ ਰਹੀ ਜੀ ਇਹਨਾਂ ਦੀ ਡੈੱਡ ਬੋਡੀ? ਕਦੋਂ ਅੱਜ ਹੁਣ ਆਏਗੀ ਉਹਦੀ ਮਦਦ ਤੇ ਪਤਾ ਲੱਗੂ। ਘਰ 'ਚ ਕੋਈ ਵੀ ਨਹੀਂ? ਨਹੀਂ, ਘਰ ਕੋਈ ਨਹੀਂ। ਕਿੰਨੀ ਦੇਰ ਤੋਂ ਇੱਥੇ ਰਹਿ ਰਿਹਾ ਜੀ ਉਹ ਪਰਿਵਾਰ ਸਾਰਾ? ਇਹ ਕਿੰਨੇ ਚਿਰ ਦੇ ਇੱਥੇ? ਕਾਫੀ ਚਿਰ ਦੇ ਰਹੀ ਬਾਈ ਸਾਲ ਤੋਂ ਰਹਿੰਦੇ ਇੱਥੇ, ਬੱਚੇ ਛੋਟੇ ਛੋਟੇ ਹੁੰਦੇ। ਕਿੰਨੇ ਬੱਚੇ ਨੇ ਇਹਨਾਂ ਦੇ ਫੈਮਿਲੀ 'ਚ? ਕੌਣ ਕੌਣ ਹੈ ਇਹਨਾਂ? ਬੱਚੇ ਨੇ ਇੱਕ ਮਦਰ ਤੇ ਦੋ ਬੱਚੇ। ਇਹ ਮੈਰਿਡ ਹੈ? ਮੈਰਿਡ ਹੈ, ਇਹਦਾ ਬੱਚਾ ਇੱਕ। ਓਕੇ। ਹਾਂ, ਇੱਥੇ ਅੰਮ੍ਰਿਤਸਰ ਹੀ ਰਹਿਆ। ਦੂਜਾ ਵੀ ਮੈਰਿਡ ਹੈ, ਉਹ ਅਮਰੀਕਾ ਰਹਿੰਦਾ। ਨਹੀਂ, ਜਿਹੜਾ ਮਰਿਆ ਉਹਨਾਂ ਦੇ ਕਿੰਨੇ ਬੱਚੇ? ਇੱਕੋ ਬੱਚਾ। ਅਖਬਾਰ ਨੇ ਦੋ ਲਿਖੇ ਨਾ? ਨਹੀਂ ਨਹੀਂ, ਉਹਨਾਂ ਦਾ। ਹਾਂਜੀ, ਆਪਣਾ ਨਾਮ ਦੱਸ ਕੇ ਜੀ। ਜੋ ਪਾਇਲਟ ਸਾਹਿਬ ਦੀ ਡੈਥ ਹੋਈ ਹੈ, ਤਾਂ ਜਹਾਜ਼ ਦੁਰਘਟਨਾਗ੍ਰਸਤ ਹੋਇਆ, ਕੀ ਕਹਿਣਾ ਚਾਹੋਗੇ? ਬਹੁਤ ਬੁਰਾ ਹਾਲ ਹੈ। ਆਪ ਕੌਣ ਹੈ, ਕਿ ਕੌਣ ਲੱਗਦੇ ਹੋ? ਹਾਂ ਭਈ, ਕਿਰਦਾਰ। ਤੋ ਕਬ ਵੀ ਆਪਕੋ ਪਤਾ ਚਲਾ ਵੀ ਇਹ ਦੁਰਘਟਨਾ ਹੋਈ? ਹਮ ਲੋ ਤੋ ਕਾਮ ਸਾਹਿਬ ਕੀ ਦਿਨ ਪਤਾ ਨਾ ਚਲੇ ਗਈ ਯਾਰ। ਅੱਛਾ, ਮਾਰਾ ਕਰ ਵਾਲਾ ਵੀ ਪੂਰਾ ਹੋ ਗਿਆ, ਤੁਮ ਗਾਂ ਸੇ ਆ ਰਹੇ ਤੋ ਪਤਾ ਲਗਾ ਕਿ ਇਸੇ ਸੇ ਕਾਂ ਦੋਗਾ। ਤੋ ਕਬ ਉਨਕਾ ਜੋ ਪਾਰਥਿਵ ਸ਼ਰੀਰ ਕਰ ਜਹਾਂ ਪਰ ਅੰਮ੍ਰਿਤਸਰ ਮੇ ਆਏਗਾ? ਕਿਸ ਰਹੀ ਡੈਡ ਬੋਡੀ ਕਬ ਆ ਰਹਾ ਹੈ ਉਨਕਾ? ਕੱਲ ਆਏਗਾ। ਨਾ ਘਰ ਮੇ ਕੌਣ ਕੌਣ ਹੈ ਉਨਕਾ ਪਰਿਵਾਰ ਕਾ? ਮੈਂ ਅਭੀ ਕੋਈ ਨਹੀਂ ਆਇਆ, ਮਮਾ ਵਹੀ ਕੋਈ। ਸਾਰੇ ਪਠਾਨਕੋਟ ਹੀ ਗਏ ਹਨ? ਕਬ ਪਤਾ ਚਲਾ ਕਿ ਉਨਕੀ ਡੈਡ ਬੋਡੀ ਮਿਲ ਗਈ? ਆਪ ਲੋਗੋ ਕੋ ਕਬ ਪਤਾ ਚਲਾ? हम लोग को कल ही पता चला कि डेड बॉडी मिल गई है। कितनी देर से जानते हो आप उनको? हम 2007 से जानते हैं। मैं कर्नल गुरचरण सिंह का, जो कि सर्वजीत कर्नल के घर के सामने का मेरा घर है। उन्होंने सामने मेरे बच्चे, उन्होंने बच्चे ਸਾਡੇ ਕੋਲ ਕਿਰਾਏਦਾਰ ਰਹੇ, ਉਮਰਾਂ 'ਚ ਛੋਟੇ ਬੱਚੇ ਹੁੰਦੇ ਸਨ, ਉਹਨਾਂ ਦਾ ਬੇਟਾ ਵੱਡਾ ਇੱਥੇ ਆਉਂਦਾ ਕਰਕੇ ਬਾਹਰ ਚਲੇ ਗਿਆ। ਜਿਹੜਾ ਹਾਦਸਾ ਹੋਇਆ ਜੀ, ਜਿਹੜਾ ਹਾਦਸਾ ਹੋਇਆ ਉਹ ਉਹਨਾਂ ਦਾ ਵੱਡਾ ਬੇਟਾ ਸੀ। ਕੀ ਨਾਂ? ਕਿਹਨਾਂ ਪਾਪਾ ਜੀ? ਅਭੀਤ ਸਿੰਘ ਬਾਠ। ਉਹ ਪਠਾਨਕੋਟ ਪੋਸਟਲ ਸੀ, ਏਅਰ ਓਪੀ ਦੇ ਪਾਇਲਟ ਸੀ। 10-15 ਦਿਨ ਪਹਿਲਾਂ ਉਹਨਾਂ ਦਾ ਏਅਰਕ੍ਰਾਫਟ ਕ੍ਰੈਸ਼ ਹੋ ਕੇ ਰਣਜੀਤ ਸਾਗਰ ਦੇ ਵਿੱਚ ਗਿਆ। ਉਹਨਾਂ ਦੀ ਕੱਲ੍ਹ ਬੋਡੀ ਮਿਲੀ ਹੈ ਅਤੇ ਅੱਜ ਕੱਲ੍ਹ ਨੂੰ ਮੰਗਲਵਾਰ ਉਹਨਾਂ ਦੀ ਬੋਡੀ ਇੱਥੇ ਅੰਮ੍ਰਿਤਸਰ ਪਹੁੰਚੇਗੀ। ਕਿੰਨੇ ਜੀ ਪਰਿਵਾਰ 'ਚ ਟੋਟਲ? ਉਹਨਾਂ ਦੀ ਮਦਰ ਵਿਡੋ ਹੈ, ਉਹਨਾਂ ਦੇ ਹਸਬੈਂਡ ਵੀ ਪਹਿਲਾਂ ਕਰਨਲ ਸਨ, ਉਹਨਾਂ ਦੀ ਡੈਥ ਪਹਿਲਾਂ ਹੋ ਗਈ ਹੈ, ਔਰ ਕੋਈ ਦੋ ਹੀ ਬੱਚੇ ਉਹਨਾਂ ਦੇ ਸਿਰਫ ਜਿਹਦੀ ਇੱਕ ਡੈਥ। ਕਿੰਨਾ ਕੁ ਸਦਮਾ ਮਹਿਸੂਸ ਕਰ ਰਹੇ ਜੀ? ਮੈਂ ਅਸੀਂ ਬਹੁਤ ਜੀ ਜਿਸਮ ਦਾ ਅਸੀਂ ਸੁਣਿਆ, ਕਿਉਂਕਿ ਸਾਡੇ ਕੋਲ ਤਾਂ ਅਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਦੇਖਿਆ, ਅਸੀਂ ਤਾਂ ਸਾਡੇ ਤਾਂ ਪੂਰੇ ਮਹੱਲੇ ਦੇ ਵਿੱਚ ਸਦਮਾ ਹੈ, ਸਾਰੇ ਲੋਕ ਇਹ ਤਾਂ ਸੀ ਕਿ ਬੋਡੀ ਵੀ ਮਿਲ ਜਾਵੇ ਘੱਟੋ ਘੱਟ, ਇਹਦਾ ਵੀ ਸੀ ਕਿ ਇੰਨਾ ਚਿਰ ਹੋਏ ਕਿ ਬੋਡੀ ਨਹੀਂ ਮਿਲ ਰਹੀ। ਚਲੋ, ਇੰਨਾ ਬੋਡੀ ਮਿਲੀ ਹੈ, ਇੱਥੇ ਮਾਂ ਨੂੰ ਵੀ ਜਾਊਗਾ, ਉਹ ਕੱਲ੍ਹ ਨੂੰ ਬੋਡੀ ਆਏਗੀ ਇੱਥੇ ਸਵੇਰੇ 9-10 ਵਜੇ, ਉਸ ਤੋਂ ਬਾਅਦ ਸੰਸਕਾਰ ਹੋ ਜਾਏਗਾ। ਐਂਡ ਉਸ ਤੋਂ ਬਾਅਦ ਕਿਆ ਸਦਮਾ ਹੈ, ਕੋਈ ਬੋਡੀ ਉਹ ਤਾਂ ਮਿਲ ਨਹੀਂ ਸਕਦੀ ਉਹਦੀ। ਪਰਿਵਾਰਿਕ ਮੈਂਬਰ ਕੌਣ ਕੌਣ ਘਰ ਹੈਗੇ ਉਹਨਾਂ ਦੇ? ਕਿ ਸਾਰੇ ਪਠਾਨ? ਇਸ ਵੇਲੇ ਕੋਈ ਨਹੀਂ, ਉਹਨਾਂ ਦਾ ਲੋਕ ਹੈ, ਇਸ ਵੇਲੇ ਕੋਈ ਲੋਕ ਘਰ ਹੈ, ਅਸੀਂ ਸਿਰਫ ਬਾਹਰੋਂ ਦੇਖਦੇ ਹਾਂ ਉਹਨਾਂ ਦਾ, ਕੋਈ ਆ ਗਿਆ ਤਾਂ ਕਰਦੇ ਹਾਂ। ਬਾਕੀ ਮਹੱਲੇ ਵਾਲੇ ਸਾਰੇ ਬੜੇ ਉਦਾਸ ਨੇ, ਔਰ ਕੱਲ੍ਹ ਜਦੋਂ ਬੜੀ ਆਈ ਉਹਨਾਂ ਦਾ ਸਾਰਾ ਅਰੇਂਜਮੈਂਟ ਵਗੈਰਾ ਜੋ ਵੀ ਸਾਨੂੰ ਡਿਊਟੀ ਵੇਲੇ ਕਰ ਰਹੇ ਹਾਂ। ਆਵਾਜ਼ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।